फ्यूचर बर्ड्स वेलकम बैक वीडियो वीडियो टू माय चैनल आज जसी ਕਰਨ ਜਾ ਰਹੀਆਂ 10ਵੀਂ ਜਮਾਤ ਦੇ ਨਾਵਲ ਇੱਕ ਹੋਰ ਨਵਾਂ ਸਾਲ ਦੇ ਆਬਜੈਕਟਿਵ ਟਾਈਪ ਕੁਐਸ਼ਨਸ ਸ਼ੁਰੂ ਕਰਦੇ ਆ ਵੀਡੀਓ ਨੂੰ ਵੀਡੀਓ ਸ਼ੁਰੂ ਕਰਨ ਤੋਂ ਬੈ ਲੈਕ ਇੰਪੋਰਟੈਂਟ ਗੱਲ ਇਹ ਪਾਰਟ 2 ਹੈ ਪਾਰਟ 1 ਦੇ ਵਿੱਚ ਆਪਾਂ 1 ਤੋਂ 25 ਕੁਐਸ਼ਨਸ ਕਵਰ ਕੀਤੇ ਸੀ ਇਸ ਪਾਰਟ ਦੇ ਵਿੱਚ ਆਪਾਂ 26 ਤੋਂ 50 ਕੁਐਸ਼ਨਸ ਕਵਰ ਕਰਾਂਗੇ ਪਾਰਟ 2 ਦੇਖਣ ਤੋਂ ਪਹਿਲਾਂ ਮੇਰੀ ਇੱਕ ਤੁਹਾਨੂੰ ਰਿਕੁਐਸਟ ਹੈ ਪਾਰਟ 1 ਜ਼ਰੂਰ ਦੇਖੋ ਓਕੇ ಲೆಟ್ ಸ್ಟಾರ್ಟ್ ಫ್ರಮ್ 26th ਕੁਐਸ਼ನ್ ਓਕੇ ਓਕੇ វេಟ್ 30 યા ਆਪਣੇ ਕੋਲ ਕੁਐਸ਼ನ್ ਹੈ ਬੰਦੇ ਨੂੰ ਛੋਟੀ मामੀ ਸਭ ਤੋਂ ਵੱਧ ਚੰਗੀ ਲੱਗਦੀ ਸੀ मामੀ ਸ਼ਬਦ ਦਾ ਲਿੰਗ ਬਦਲੋ ਬਹੁਤ ਹੀ ਆਸਾਨ ਪ੍ਰਸ਼ਨ ਹੈ মামਾ मामੇ मामੀਆਂ मामੀਆਂ ਇਨ ਅਚ ਰੇੜਾ ਉੱਤਰ ਆਏਗਾ ਮਾਮਾ ਮਾਮੀ ਸ਼ਬਦ ਜਿਹੜਾ ਲਿੰਗ ਬਦਲਾਂਗੇ ਜਦੋਂ ਆਪਾਂ ਤਾਂ ਉੱਤਰ ਕੀ ਆਏਗਾ ਮਾਮਾ ਜਲਿਆਵਾਲਾ ਬਾਗ ਕਿਸ ਤਰ੍ਹਾਂ ਦੀ ਇਮਾਰਤ ਹੈ ਸਮਾਜਿਕ ਇਤਿਹਾਸਿਕ ਧਾਰਮਿਕ ਉਪਰੋਕਤ ਵਿੱਚੋਂ ਕੋਈ ਨਹੀਂ ਤੇਦਾ ਉੱਤਰ ਆਏਗਾ ਇਤਿਹਾਸਿਕ ਨਵੇਂ ਸਾਲ ਵਾਲੇ ਦਿਨ ਕਿਸ ਗੁਰੂ ਦਾ ਗੁਰਪੁਰਬ ਸੀ ਗੁਰੂ ਤੇਗ ਬਹਾਦਰ ਜੀ ਦਾ ਗੁਰੂ ਨਾਨਕ ਦੇਵ ਜੀ ਦਾ ਗੁਰੂ ਅੰਗਦ ਦੇਵ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਜਦੋਂ ਉੱਤਰ ਕੀ ਆਏਗਾ ਸਸਾਗੁਰ ਗੋਬਿੰਦ ਸਿੰਘ ਜੀ ਦਾ ਅਗਲਾ ਪ੍ਰਸ਼ਨ ਹੈ ਮਹੇਸ਼ੀ ਦੀ ਮਾਦਾ ਸੁਆ ਕਿਹੋ ਜਿਹਾ ਸੀ ਚਲਾਕ ਤੇ ਲਾਲਚੀ ਭੋਲਾ ਪਾਲਾ ਇਮਾਨਦਾਰ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਇਹਦਾ ਆਏਗਾ ਚਲਾਕ ਤੇ ਲਾਲਚੀ ਜਲਿਆਵਾਲਾ ਬਾਗ ਸਾਨੂੰ ਕਿਸ ਦੀ ਯਾਦ ਦਿਵਾਉਂਦਾ ਹੈ ਤਿਉਹਾਰ ਦੀ ਸ਼ਹੀਦਾਂ ਦੀ ਕਲਾਕਾਰਾਂ ਦੀ ਉਪਰੋਕਤ ਸਾਰਿਆਂ ਦੀ ਇਹਦਾ ਉੱਤਰ ਆਏਗਾ ਜੀ ਸ਼ਹੀਦਾਂ ਦੀ ਕਿਹੜੀ ਅਦਲੋਂ ਦੇ ਸ਼ਹੀਦਾਂ ਦੀ ਅਗਲਾ ਹੈ ਜਲਿਆਵਾਲਾ ਬਾਗ ਦੇ ਖੂਨੀ ਸਾਕੇ ਬਾਰੇ ਦੱਸਦਾ ਹੋਇਆ ਬੰਤਾ ਕਿਹੜੀ ਹਕੂਮਤ ਦੇ ਜ਼ੁਲਮਾਂ ਬਾਰੇ ਦੱਸਦਾ ਹੈ ਅੰਗਰੇਜ਼ੀ ਹਕੂਮਤ ਮੁਗਲ ਹਕੂਮਤ ਰਾਜਿਆਧਿ ਹਕੂਮਤ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ 31ਵਾਂ ਦਾ ਉੱਤਰ ਆਏਗਾ ਅੰਗਰੇਜ਼ੀ ਹਕੂਮਤ ਉਸ ਟਾਈਮ ਤੇ ਜਦੋਂ 1919 ਸੀ 1919 ਸੀ ਜਲਿਆਵਾਲਾ ਬਾਗ ਦਾ ਕਾਂਡ ਐਸੀ ਉਹ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਕੌਣ ਕਰ ਰਿਹਾ ਸੀਗਾ ਰਾਜ ਅੰਗਰੇਜ਼ੀ ਹਕੂਮਤ ਅਗਲਾ ਐਕ ਇੱਕ ਹੋਰ ਨਵਾਂ ਸਾਲ ਲਾਵਲ ਦੇ ਆਧਾਰ ਤੇ ਜੇਕਰ ਘਰ ਵਿੱਚ ਗਰੀਬੀ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ ਰਿਸ਼ਤੇਦਾਰਾਂ ਤੋਂ ਮੰਗਣਾ ਚਾਹੀਦਾ ਹੈ ਮੰਗ ਕੇ ਖਾਣਾ ਚਾਹੀਦਾ ਹੈ ਬੇਨਤੀ ਕਰਨੀ ਚਾਹੀਦੀ ਹੈ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ 32ਵਾਂ ਦਾ ਉੱਤਰ ਆਏਗਾ ਮੇਨਟ ਕਰਨੀ ਚਾਹੀਦੀ ਹੈ ਬੰਤੇ ਨੇ ਪੜ੍ਹਾਈ ਕਿਉਂ ਛੱਡਨੀ ਪਈ ਪਿਤਾ ਦੀ ਮੌਤ ਕਾਰਨ ਰੁਚੀ ਨਾ ਹੋਣ ਕਾਰਨ ਗਰੀਬੀ ਕਾਰਨ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ 33ਵਾਂ ਦਾ ਜਿਹੜਾ ਉੱਤਰ ਕੀ ਆਏਗਾ ਪਿਤਾ ਦੀ ਮੌਤ ਹੋਣ ਕਾਰਨ ਤੁਹਾਡੇ ਅਨੁਸਾਰ ਬੰਤੇ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ ਖੁਸ਼ਹਾਲ ਸੰਘਰਸ਼ਪ੍ਰੀ ਉਦਾਸ ਉਪਰੋਕਤ ਸਾਰੇ ਇਹਨਾਂ ਵਿੱਚੋਂ ਕੀ ਆਏਗਾ ਇਹਦਾ ਉੱਤਰ ਸੰਘਰਸ਼ਪ੍ਰੀ ਜਲਿਆਵਲਾ ਬਾਗ ਬੰਤਾ ਤਾਰੋ ਆਪ ਦੇ ਸਰ ਫੁਮਣ ਆਦੀ ਸ਼ਬਦਾਂ ਉਹਦੀ ਕਿਸ ਕਿਸਮ ਨਾਲ ਸੰਬੰਧ ਰੱਖਦੇ ਹਨ ਆਪਨਾਵ ਖਾਸ ਨਾਮ ਇਕਾਠਵਾਚਕ ਨਾਮ ਵਸਤੂਵਾਚਕ ਨਾਮ ਤਾਂ 35ਵਾਂ ਤਾਂ ਜਿਹੜਾ ਉੱਤਰ ਕੀ ਹੈ ਖਾਸ ਨਾਮ ਅਗਲਾ ਪ੍ਰਸ਼ਨ ਹੈ ਟਾਂਡਪੂਰੇ ਵਾਲੀ ਕੁੜੀ ਦਾ ਜਲੰਧਰ ਰੇਡੀਅਸ ਸਟੇਸ਼ਨ ਤੇ ਸੁਚੱਜੇ ਟਾਂਗ ਨਾਲ ਪ੍ਰੋਗਰਾਮ ਪੇਸ਼ ਕਰਨਾ ਕੀ ਦਰਸਾਉਂਦਾ ਹੈ ਸਕੂਲ ਕਾਲਜ ਦੀਆਂ ਬਾਲ ਸੁਭਾਵੇਂ ਵਿੱਚ ਹਿੱਸਾ ਲੈਣਾ ਦਿਨਦਰ ਅਭਿਆਸ ਉੜਾ ਤੇੜਾ ਦੋਵੇਂ ਇਹ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਤੇ 36ਵਾਂ ਅਨਸਰ ਕੀ ਆ ਜਾਏਗਾ ਤੀਜਾ ਯਾਨੀ ਈੜੀ ਉੜਾ ਤੇੜਾ ਦੋਵੇਂ ਅਗਲਾ ਹੈ ਤਾਰੋ ਮਾਸਟਰ ਦੇ ਕੇ ਕੰਮ ਕਰ ਕਿਉਂ ਜਾਂਦੀ ਸੀ ਘਰ ਦੇ ਗੁਜ਼ਾਰੇ ਲਈ ਵਕਤ ਗੁਜ਼ਾਰਨ ਲਈ ਸ਼ੌਕ ਲਈ ਉਪਰੋਕਤ ਸਾਰੇ ਇਹਦਾ ਆਏਗਾ ਘਰ ਦੇ ਗੁਜ਼ਾਰੇ ਲਈ ਮਨੁੱਖ ਨੂੰ ਜ਼ਿੰਦਗੀ ਵਿੱਚ ਸਫਲ ਹੋਣ ਲਈ ਉਦਮ ਕਰਨਾ ਚਾਹੀਦਾ ਹੈ ਉਪਰੋਕਤ ਵਾਕ ਵਿੱਚ ਉਦਮ ਦਾ ਅਰਥ ਦੱਸੋ ਆਰਾਮ ਮਿਹਨਤ ਠੱਗੀ ਜਾਂ ਨਕਲ ਤਾਂ ਦਾ ਜਿਹੜਾ ਉੱਤਰ ਹੈ ਉਹ ਕੀ ਆਏਗਾ ਉਦਮ ਦੇਖੋ ਇਹਨੇ ਕੀ ਕਿਹਾ ਮਨੁੱਖ ਨੂੰ ਜ਼ਿੰਦਗੀ ਵਿੱਚ ਸਫਲ ਹੋਣ ਲਈ ਸਫਲ ਹੋਣ ਲਈ ਯਾਨੀ ਸਕਸੈਸ ਪਾਣ ਲਈ ਕੀ ਕਰਨਾ ਚਾਹੀਦਾ ਹੈ ਆਬਵੀਅਸਲੀ ਇਹਨੇ ਕੀ ਕਰਨਾ ਚਾਹੀਦਾ ਮਿਹਨਤ ਕਰਨੀ ਚਾਹੀਦੀ ਹੈ ਹੈਨਾ ਅਗਲਾ ਹੈ ਜਲਿਆ ਵਾਲਾ ਬਾਗ ਕਿੱਥੇ ਸਥਿਤ ਹੈ ਜੱਲੇਵਾਲਾ ਬਾਗ ਕਿੱਥੇ ਹੁੰਦੇ ਆ ਆਪਣਾ ਅਮ੍ਰੇਸਰ ਬੱਚੇ ਦੀ ਨਵੇਂ ਸਾਲ ਵਾਲੇ ਦਿਨ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਣ ਦੀ ਇੱਛਾ ਉਸ ਦੇ ਸੁਭਾਅ ਦਾ ਕਿਹੜਾ ਪੱਖ ਪੇਸ਼ ਕਰਦੀ ਹੈ ਦਿਖਾਵਾ ਕਰਨਾ ਨਾਸਤਕ ਧਾਰਮਿਕ ਭਿਰਤੀ ਉਪਰੋਕਤ ਸਾਰੇ ਤਾਂ ਚਾਰੀ ਦਾ ਉੱਤਰ ਕੀ ਆਏਗਾ ਧਾਰਮਿਕ ਭਿਰਤੀ ਅਗਲਾ ਹੈ ਲੋਕ ਰਾਜ ਦਾ ਮਤਲਬ ਲੋਕਾਂ ਦਾ ਰਾਜ ਜਿਸ ਤਰ੍ਹਾਂ ਕਿ ਸਾਡੇ ਮੁਲਕ ਵਿੱਚ ਹੈ ਲੋਕ ਹੀ ਰਾਜ ਕਰਦੇ ਹੈ ਰਾਜੇ ਵਹ ਰਾਜ ਨਹੀਂ ਕਰਦੇ ਸਾਡੇ ਮੁਲਕ ਵਿੱਚ ਕਿਸ ਤਰ੍ਹਾਂ ਦਾ ਰਾਜ ਹੈ ਇੱਕ ਐਸਐਸਟੀ ਦਾ ਕੁਸ਼ਣ ਵੀ ਕਹਿ ਸਕਦੇ ਆ ਡੈਮੋਕ੍ਰੇਸੀ ਜਿਹੜਾ ਆਪਾਂ ਕਹਿ ਦਿੰਨੇ ਆ ਤਾਂ ਪੰਜਾਬੀ ਦੇ ਵਿੱਚ ਆਪਾਂ ਕੀ ਕਹਿੰਦੇ ਆ ਉਹਨੂੰ 41 ਵੇ ਦਾ ਉੱਤਰ ਕੀ ਆ ਜਾਏਗਾ ਲੋਕਤੰਤਰ ਅਗਲਾ ਹੈ ਲੋਕ ਰਾਜ ਵਿੱਚ ਕੌਣ ਰਾਜ ਕਰਦਾ ਹੈ ਲੋਕ ਰਾਜ ਵਿੱਚ ਕੌਣ ਰਾਜ ਕਰੇਗਾ ਲੋਕ ਬੰਦਾ ਕਿਹੜੇ ਸ਼ਹਿਰ ਵਿੱਚ ਰਿਕਸ਼ਾ ਚਲਾਉਂਦਾ ਸੀ ਅਮ੍ਰਿਤਸਰ ਬਠਿੰਡਾ ਫਰੀਦਕੋਟ ਜਾਂ ਜਲੰਧਰ ਕਿ ਆਏਗਾ ਦੋਤਰ ਅਮ੍ਰਿਤਸਰ ਇਹਨਾਂ ਦੇਸ਼ ਰਿਸ਼ੀਆਮੁਣਿਆ ਦਾ ਦੇਸ਼ ਹੈ ਸੌਰੀ ਇਹੇ ਦੇਸ਼ ਰਿਸ਼ੀਆਮੁਣਿਆ ਦਾ ਦੇਸ਼ ਹੈ ਰਿਸ਼ੀਮੁੜੀ ਕੌਣ ਹੁੰਦੇ ਹਨ ਵਪਾਰੀ ਲੋਕ ਧਰਮਾਤਵ ਲੋਕ ਵੰਜਾਰੇ ਲੋਕ ਦੁਕਾਨਦਾਰ ਲੋਕ ਤਦਾਂ ਕੀ ਆਏਗਾ ਧਰਮਾਤਵ ਲੋਕ ਠੀਕ ਹੈ ਜੀ ਅਗਲਾ ਹੈ ਓ ਓ ਸਾਰਾ ਹੀ ਉੜ ਗਿਆ एक मिनट वेट करो ये तो एक आंगी है अपनी अगे नावल का अगे है सॉरी फॉर द इनकनवीनियंस नावल मिल गया नावल ओके okay. सारे पैंती ਲਿਖ ਲੈਂਦੀ ਹੈ ਵਾਕ ਵਿੱਚ ਆਏ 35 ਸ਼ਬਦਾ ਕੀ ਅਰਥ ਹੈ ਦੇਵਨਾਗਰੀ ਫਾਰਸੀ ਰੋਮਨ ਜਾਂ ਗੁਰਮੁਖੀ ਇਹਦਾ ਆਏਗਾ ਗੁਰਮੁਖੀ ਅਗਲਾ ਹੈ ਬੰਦਿਆਂ ਦੇ ਬਸੰਤੀ ਪੱਗਾਂ ਬਨੀਆਂ ਹੋਈਆਂ ਸਨ ਤੇ ਤੀਵੀਆਂ ਦੇ ਸਿਰ ਉੱਤੇ ਸਨ ਬਸੰਤੀ ਚੁੰਨੀਆਂ ਬੇਬੇ ਤਾਂ ਨਹੀਂ ਸੀ ਮੰਨੀ ਆਪਣਾ ਦੁਪੱਟਾ ਰੰਗਾਉਣ ਲਈ ਪਰ ਤਾਰੋ ਨੇ ਆਪਣੀ ਚੁੰਨੀ ਰੰਗਾ ਲਈ ਸੀ ਕਿੰਨਾ ਚੰਗਾ ਚੰਗਾ ਲੱਗ ਰਿਹਾ ਸੀ ਮੈਨੂੰ ਸਭ ਕੁਝ ਉਸ ਦਿਨ ਖਾਲਸਾ ਕਾਲਸ ਤੋਂ ਅੱਗੇ ਭੀੜ ਜਿਆਦਾ ਸੀ ਮੈਂ ਵੀ ਰਿਕਸ਼ਾ ਹੋਲੀ ਕਰ ਲਿਆ ਹੁਣ ਇਹ ਜਿਹੜੀ ਕੁਛ ਲਾਈਨਾਂ ਸੀ ਇਹਨਾਂ ਦੇ ਵਿੱਚੋਂ ਆਪਾਂ ਨੂੰ ਕੁਐਸਚਨ ਪੁੱਛੇ ਗਏ ਨੇ ਉਹਨਾਂ ਦੇ ਉੱਤਰ ਦੇਣੇ ਆਪਾਂ ਬਸੰਤ ਪੰਚੀ ਵਾਲੇ ਦਿਨ ਬੰਦਿਆ ਨੇ ਕਿਸ ਰੰਗ ਦੀਆਂ ਪੱਗਾਂ ਬੰਨੀਆਂ ਹੋਈਆਂ ਸਨ ਤੇਦਾ ਕੀ ਉੱਤਰ ਆਏਗਾ ਉੜਾ ਬਸੰਤੀ ਬੇਬੇ ਤੇ ਧਾਰੋ ਵਿੱਚ ਕੌਣ ਚੁੰਨੀ ਰੰਗੋਣ ਲਈ ਮੰਨ ਗਈ ਸੀ ਬੇਬੇ ਤਾਰੋ ਉੜਾ ਤੇੜਾ ਦੋਵੇਂ ਉਪਰੋਕਤ ਵਿੱਚੋਂ ਕੋਈ ਨਹੀਂ ਤਾਰੋ ਤੇ ਕੌਣ ਨਹੀਂ ਮੰਨੀ ਸੀ ਬੇਬੇ ਇਸ ਕਾਲਜ ਅੱਗੇ ਭੀੜ ਜਿਆਦਾ ਸੀ ਕਿਹੜਾ ਕਾਲਜ ਹੈ ਡੀਏਵੀ ਕਾਲਜ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਖਾਲਸਾ ਕਾਲਜ ਜਾਂ ਮੈਡੀਕਲ ਕਾਲਜ ਇਹਦਾ ਆਏਗਾ ਮੈਡੀਕਲ ਕਾਲਜ ਅੱਗੇ ਹੈ ਸੌਰੀ ਇਹਦਾ ਆਏਗਾ ਖਾਲਸਾ ਕਾਲਜ ਟਿਕ ਲਗਾਉਣ ਦੇ ਵਿੱਚ ਮਿਸਟੇਕ ਹੋ ਗਈ ਖਾਲਸਾ ਕਾਲਜ ਅਗਲਾ ਪ੍ਰਸ਼ਨ ਹੈ ਬੰਤੇ ਨੇ ਦੇਖਿਆ ਕਿ ਤਾਰੋ ਸਵੈਟਰ ਬੁਣ ਰਹੀ ਸੀ ਇਸ ਵਾਕ ਵਿੱਚੋਂ ਖਾਸ ਨਾਮ ਚੁਣੋ ਇਹਦੇ ਵਿੱਚੋਂ ਖਾਸ ਨਾਮ ਕੌਣ ਹੋਏਗਾ ਜਿਸ ਬੰਦੇ ਬਾਰੇ ਪਾਰਟਿਕੂਲਰ ਗੱਲ ਹੋ ਰਹੀ ਹੈ ਤਾਂ ਕੀ ਹੈਗਾ ਬੰਤਾ ਤੇ ਤਾਰੋ ਊੜਾ ਤੇ ਅੜਾ ਦੋਵੇਂ ਬੰਤਾ ਬਾਹਰ ਧੁੱਪੇ ਲੇਟ ਜਾਂਦਾ ਹੈ ਇਸ ਵਾਕ ਵਿੱਚਲੇ ਧੁੱਪੇ ਸ਼ਬਦ ਦਾ ਵਿਰੋਧੀ ਸ਼ਬਦ ਹੈ ਯਾਨੀ ਇਸ ਤੋਂ ਉਲਟਾ ਸ਼ਾਮ ਸਵੇਰੇ ਛਾਵੇਂ ਜਾਂ ਰਾਤੀ ਤੇਰਾ ਸਚੇਬਲ ਅਨਸਰ ਹੈ ਛਾਵੇਂ ਬੰਦਿਆ ਨੇ ਬਸੰਤੀ ਪੱਗਾਂ ਬੰਨੀਆਂ ਹੋਈਆਂ ਸਨ ਤੇ ਤੀਵੀਆਂ ਤੇ ਸਿਰ ਡੈਸ਼ ਚੁੰਨੀਆਂ ਤੇਦਾ ਉੱਤਰ ਕੀ ਆ ਜਾਏਗਾ ਬਸੰਤੀ ਅਗਲਾ ਹੈ ਸ਼ਿਟ ਤਾਂ ਇਹ ਆਪਣੀ ਵੀਡੀਓ ਦਾ ਆਖਰੀ ਕੁਐਸਚਨ ਹੈ ਦੁੱਖ ਪਿੱਛੋਂ ਸੁੱਖ ਮਿਲ ਜਾਏ ਤਾਂ ਡੈਸ਼ ਭੁੱਲ ਜਾਂਦੇ ਹਨ ਉੱਤਰ ਆਏਗਾ ਜੀ ਦੁੱਖ ਆਈ ਹੋਪ ਤੇ ਨਾ ਵੀਡੀਓ ਪਸੰਦ ਆਈ ਹੋਵੇ ਆਪਾਂ ਇਸ ਵੀਡੀਓ ਦੇ ਵਿੱਚ 25 ਆਬਜੈਕਟਿਵ ਟਾਈਪ ਕੁਐਸ਼ਨਸ ਕੀਤੇ ਸੀ ਪਲੀਜ਼ ਜੇ ਵੀਡੀਓ ਚੰਗੀ ਤਰ੍ਹਾਂ ਪਸੰਦ ਆਈ ਥੋੜੇ ਕਿਸੇ ਕੰਮ ਆਈ ਤੇ ਵੀਡੀਓ ਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੋ ਤੇ ਕਮੈਂਟ ਕਰੋ ਤੁਸੀਂ ਅੱਗੇ ਕੀ ਚਾਹੁੰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਜਦੋਂ ਵੀ ਮੈਂ ਅਗਲੀ ਵੀਡੀਓ ਪਾਵਾਂ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਆਵੇ ਥੈਂਕਸ ਫॉर ਵਾਚਿੰਗ ਦਾ ਵੀਡੀਓ